ਜਵੇ ਜੰਜੂਏ ਦਾ ਭਤੀਆ ਹਮਾ ਜਵੇ ਦਾ ਭਤੀਆ ਲਾ ਕੇ ਆਜ਼ਾਨ ਫਾਲਾ ਵਨ ਟੂ ਫਾਈਵ ਵਾਲਾ ਜੇਤੂ ਜੀ ਸਕਿੰਡ ਦਾ ਵੇਲਾ ਮਲਕ ਸਮਾਨ ਹੈ ਇਸ ਵੇਲੇ ਪੂਰਾ ਦੇਖਦਾ ਹਾਂ ਕੀ ਬਣਦਾ ਪੂਰੀ ਲੱਗ ਪਕੜ ਬਣਾਈ ਆਜ਼ਾਨ ਫਾਲੇ ਨੇ ਪਰ ਇਸ ਵੇਲੇ ਜੀ ਸਕਿੰਡ ਤਿਆਰ ਪੀਤਾ ਆ ਬੜੀਆਂ ਮਾਹੌਲ ਬਣ ਚੁੱਕਾ ਹੈ ਲੋਦਰੇ ਪਾਸੇ ਫਿਰ ਰੇਡ ਆ ਗਿਆ ਮੁੰਡਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਪਹਿਲੀ ਰੇਡ ਪੈ ਗਈ ਹੈ ਜੀ ਬੱਬਰ ਸ਼ੇਰ ਵਜਾਹਾਂ ਜੱਟ ਪਾਕਿਸਤਾਨ ਆਰਮੀ ਪਿੰਡ 111 ਜੀ ਬਈ ਫਲਾਈ ਅੱਗੇ ਟੱਕਰ ਵੀ ਸ਼ਾਨ ਢਿੱਲੋਣਾ ਸਾਜਲ ਸੰਧੂ ਦਾ ਸ਼ਗਿਰਦਾ ਪਿੰਡ 51 ਬੱਬੀ ਪੋਰਾ ਲੱਕ ਭਰ ਲਿਆ ਕਹਿੰਦਾ ਲੱਕ ਦਿਵਾਲੇ ਬਾਵਾ ਤੇ ਔਖੀਆਂ 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 ਕਰਦੀਆਂ ਰਾਵਾਂ ਦੇਖਦੇ ਕੀ ਬਣਦਾ ਇਸ ਵੇਲੇ ਬੱਬਰ ਸ਼ੇਰ ਔਰ ਨੰਬਰ ਹੋ ਗਿਆ ਇਸ ਵੇਲੇ ਬੜੀ ਮਿਹਰਬਾਨੀ ਪੀਰ ਸੈਯਦ ਸ਼ਾਹ ਹੈਦਰ ਸ਼ਾਹ ਸਾਹਿਬ ਆਲੇ ਨਬੀ ਉਲਾਦੇ ਅਲੀ ਸਾਡੇ ਸਿਰ ਦਾ ਤਾਜ ਜਰਾ ਦੂਸਰੇ ਪਾਸੇ ਆਪਣੇ ਪਿੰਡ ਦਾ ਬੱਬਰ ਸ਼ੇਰ ਆ ਗਿਆ ਸਾਕਬ ਜੰਜੂ ਆ ਗਿਆ ਮੁਸ਼ਰਫ ਜਵੇਦ ਜੰਜੂਏ ਦਾ ਭਤੀਆ ਹਮਾ ਜਵੇਦ ਦਾ ਭਤੀਆ ਲਾ ਗਿਆ ਆਜ਼ਾਨ ਵਾਲਾ ਵਨ ਟੂ ਫਾਈਵ ਵਾਲਾ ਜੇਤੂ ਜੀ ਸਕਿੰਡ ਦਾ ਵੇਲਾ ਮਲਕ ਸਮਾਨ ਇਸ ਵੇਲੇ ਪੂਰਾ ਦੇਖਦਾ ਹਾਂ ਕੀ ਬਣਦਾ ਪੂਰੀ ਲੱਗ ਪਕੜ ਬਣਾਈ ਆਜ਼ਾਨ ਵਾਲੇ ਨੇ ਪਰ ਇਸ ਵੇਲੇ 30 ਸਕਿੰਟ ਟਾਈਮ ਪੀਤਾ ਆ ਟਕ ਟਕ ਚੱਲਦੀ ਘੜੀ ਔਰ ਨੰਬਰ ਹੋ ਗਿਆ ਆਜ਼ਾਨ ਵਾਲੇ ਦਾ ਨੰਬਰ ਹੋ ਗਿਆ 111 ਜੀਬੇ ਫਲਾਈ ਦਾ ਜੀ ਬੱਬਰ ਸ਼ੇਰਾ ਦੇਖਦੇ ਦੂਸਰੇ ਪਾਸੇ ਕਿਹੜਾ ਬੱਬਰ ਸ਼ੇਰ ਪੁੱਜਦਾ ਲਓ ਜੀ ਦੂਸਰੇ ਪਾਸੇ ਬੱਬਰ ਉਧਰਲੇ ਪਾਸੇ ਆ ਗਿਆ ਮੁੰਡਾ ਫਿਰ ਖੇਡ ਮੈਦਾਨ ਦੇ ਵਿੱਚ ਆਪਣੇ ਸਮੈਚ ਦੀ ਪਹਿਲੀ ਕਬੱਡੀ ਪਾਉਣ ਵਾਸਤੇ ਕਿ ਹੱਥ ਜੋੜ ਮੱਥਾ ਟੇਕ ਪਹਿਲੀ ਰੇਡ ਪਾਈ ਹੋਵੇ ਉਹ ਜੱਫਾ ਪੈਂਦਾ ਵੇਖ ਤਾਰੀ ਲੋਕਾਂ ਨੇ ਵਜਾਈ ਹੋਵੇ ਉਹ ਪਹਿਲਾ ਪੁਆਇੰਟ ਲੈ ਕੇ ਜੋ ਆਣ ਹੰਦਿਆਂ ਤੇ ਖੜਦਾ ਉਹ ਫੇਰ ਦਿਲ ਗਬਰਦਾਰ ਜੁਰਜੂ ਕਰਦਾ ਮੁੰਡਾ ਸਮੇਂ ਖੇਡ ਮੈਦਾਨ ਪੁਆਇੰਟ ਦਾ ਕਰਦਾ ਹੋਇਆ ਪਾਤਾ ਉਹ ਪਿੰਡ ਵਾਲੇ ਤਾੜੀ 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 ਟਕਾ ਕੇ ਆਉਂਦੇ ਸਾਰੇ ਵੀਰ ਅਲੀ ਸ਼ਾਹ ਸਾਹਿਬ ਬਹੁਤ ਜ਼ਿਆਦਾ ਸ਼ੁਕਰੀਆ 500 ਰੁਪਏ ਦਾ ਮਾਨ ਸੇਵਾ ਭੇਜਿਆ ਅਲੀ ਸ਼ਾਹ ਸਾਹਿਬ ਖਾਲਕ ਬਣਾਏ ਸਾਹਿਬ ਮਦਸਰ ਗਿੱਲ ਸਾਹਿਬ ਜਿੰਦਵਾ ਸਾਹਿਬ ਬਹੁਤ ਜ਼ਿਆਦਾ ਸ਼ੁਕਰੀਆ ਉਧਰਲੇ ਪਾਸੇ ਫਿਰ ਰੇਡ ਆ ਗਈ ਹਾਊਸ ਆਫ ਸਟਾਰ ਸ਼ੇਰੇ ਪੰਜਾਬ ਆ ਮੁੰਡਾ ਉਸ ਕਲੱਬ ਵੱਲੋਂ ਖੇਡਣ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਾਲਾ ਹੈਦਰ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਬਹੁਤ ਹੀ ਸ਼ਾਨਦਾਰ ਨਜ਼ਾਰਾ ਖੇਡ ਕਬੱਡੀ ਦਾ ਜਿਸ ਵੇਲੇ ਖੇਡ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ ਲੋ ਆ ਮਦਰੀ ਬੋਡੀ ਵਾਲਾ ਪਲੇਅਰ ਉਹ ਉਮਰ ਛੋਟੀ ਹੈ ਉਹ ਹੌਸਲੇ ਵੱਡੇ ਹੈ ਉਹ ਜਿਗਰਾ ਹੈ ਨਹੀਂ ਤੇ ਕੀ ਕਰਦੇ ਨੇ ਸਰੀਰ ਹੱਡੇ ਤੇ ਕੱਟੇ ਉਹ ਨਹੀਂ ਕਦੀ ਕਾਮਯਾਬ ਹੁੰਦੇ ਉਹ ਜਿਹੜੇ ਲਾਉਂਦੇ ਰਹਿੰਦੇ ਨੇ ਰੱਟੇ ਉਹ ਕਾਗਜ਼ ਪਾੜਦੇ ਨਹੀਂ ਕਾਗਜ਼ਾਂ ਨੂੰ ਪਹਿਲਾਂ ਪਾੜਨਾ ਪੈਂਦਾ ਏ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੋਵੇ ਤਾਂ ਮਨ ਨੂੰ ਮਾਰਨਾ ਪੈਂਦਾ ਏ ਹਾਂਜੀ ਕਦੇ ਤਾੜੀ ਮਾਰਨੀ ਸ਼ਾਕਰ ਜੰਜੂਆ ਜ਼ੁਲਫਕਾਰ ਭੱਟੋ ਦਾ ਪੋਤਾ ਜਾਨੀ ਸੁਨਿਆਰਾ ਹਾਊਸ ਆਫ ਟੈਰ ਹਾਊਸ ਆਫ ਟਾਇਰ ਸ਼ੇਰੇ ਪੰਜਾਬ ਉਸਤਾਦਾਂ ਦੇ ਉਸਤਾਦ ਉਸਤਾਦ ਗੁਲਾਮ ਅਬਾਸ ਭੱਟ ਦਾ ਛਿੱਤਾ ਸ਼ਗਿਰਦਾ ਇਸ ਵੇਲੇ ਬਾਈ ਆਪਣੇ ਉਸਤਾਦ ਦੀ ਪੱਗ ਦਾ ਸ਼ਿਮਲਾ ਉੱਚਾ ਕਰਦਾ ਹੈ ਸ਼ਾਕਰ ਜੰਜੂਆ ਦੂਸਰੇ ਪਾਸੇ ਆ ਗਿਆ ਬੱਬਰ ਸ਼ੇਰ ਬਾਬਰ ਜੱਟ ਦਾ ਵੀਰ ਆ ਗਿਆ ਹਾਏ ਹਾਏ ਦੋਨੇ ਪਾਕਿਸਤਾਨ ਆਰਮੀ ਡਬਲ ਟੱਚ ਹਾਏ ਹਾਏ ਕਹਿੰਦਾ ਨਾ ਸਹੁਰਾਇਆ ਪੇਕਾ ਨਹੀਂ ਕੱਲੇ ਕੱਲੇ ਆਓ ਸਾਰੇ ਟੱਬਰ ਦਾ ਠੇਕਾ ਨਹੀਂ ਸਾਰੇ ਟੱਬਰ ਦਾ ਠੇਕਾ ਨਹੀਂ ਲਓ ਉਧਰਲੇ ਪਾਸੇ ਫਿਰ ਰੇਡ ਆ ਗਿਆ ਮੁੰਡਾ ਖੇਡ ਮੈਦਾਨ ਦੇ ਵਿੱਚ ਯਾਸਰ ਜੀਮੇ ਦਾ ਸ਼ੇਰ ਓਏ ਰਾਣ ਦੀ ਧਰਤੀ ਤੇ ਬੱਲੇ ਬੱਲੇ ਕਰਵਾਉਣ ਵਾਲਾ ਮੁੰਡਾ ਆ ਗਿਆ ਕਾਸ਼ੀ ਵੱਡੂ ਓ ਕਾਸ਼ੀ ਵੱਡੂ ਓ ਇੱਕ ਗੱਲ ਤੇ ਦੱਸ ਓ ਹਰ ਰੇਡ ਨਿਕਲਣ ਵਾਲੀ ਓ ਬਲ ਤੇ ਦੱਸ ਓ ਹਰ ਰੇਡ ਨਿਕਲਣ ਵਾਲਾ ਬਲ ਤੇ ਦੱਸ ਕਾਸ਼ੀ ਵੱਡੂ ਪਾਉਣ ਦਾ ਵਾਅਦਾ ਕਰਦਾ ਹੋਇਆ ਉਧਰਲੇ ਪਾਸੇ ਮੁੰਡਾ ਆ ਗਿਆ ਫਿਰ ਫਿਕਟ ਮੈਦਾਨ ਦੇ ਵਿੱਚ ਤੇਰੀ ਸਫਿਆਨ ਗਿੱਲ ਸਾਹਿਬ ਜਰੰਜਾ ਟੋਟੀਆਂ ਵਾਲੇ ਓ ਦੇਖੇ ਨਜ਼ਾਰਾ ਆ ਦੇ ਸਾਹਮਣੇ ਲੱਗਾ ਸਖਾਵਤ ਰੰਧਾਵਾ ਓ ਤੁਹਾਡੀ ਆਪਣੀ ਬਰਾਦਰੀ ਵਾਲਾ ਮੁੰਡਾ ਓ ਜੱਟ ਮੁੰਡਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਓ ਧੱਕੇ ਸ਼ਾਹੀਆਂ ਕਰਦਾ ਹੋਇਆ ਕਿ ਸਾਡਾ ਚੱਲਦਾ ਏ ਧੱਕਾ ਅਸੀਂ ਕਰਦੇ ਉਹ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਉਧਰਲੇ ਪਾਸੇ ਮੁੰਡਾ ਫਿਰ ਖੇਡ ਮੈਦਾਨ ਦੇ ਵਿੱਚ ਤੇ ਸਾਹਮਣੇ ਚਾਰ ਚਹੁਤੇ ਟੈਗ ਆ ਖੜਾ ਹੀ ਸਾਹਮਣੇ ਮੁੰਡਾ ਇਸ ਸਮੇਂ ਖੇਡ ਮੈਦਾਨ 'ਚ ਸਾਹਮਣੇ ਸ਼ਾਟ ਢਿੱਲੋ ਆ ਕਿਹੜਾ ਨੌਜਵਾਨ ਟੱਕ ਪਾਉਣ ਦੀ ਕਰੇਗਾ ਟਰਾਈ ਲੱਗਦੇ ਹੋਈ ਹੋਰ ਪਰ ਆ ਮੁੰਡਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਉਹ ਵਧੀਆ ਵਧੀਆ ਬਹਿਜਾ ਕਰਵਾਉਂਦਾ ਹੋਇਆ ਲੱਗਦੇ ਹੋਈ ਹੋਰ ਓ ਰੱਬਾ 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 ਸਾਨੂੰ ਮਾਹੀ ਵੀ ਅਡੀਕ ਉਹ ਚੱਲਦਾ ਏ ਕੇਸ ਨਾਲੇ ਆਖਰੀ ਤਰੀਕ ਉਹ ਫੁੱਲ ਸੁੱਕ ਗਏ ਉਹ
जीपा बड़िया कचहरी खाली, जीपा बड़िया कचहरी खाली, आजाद वाला लखा ने पॉइंट का वादा करता होया इस समय खेल मैदान के बीच अगले पासे फरेड और सामने लगा होया आ मुंडा इस समय खेल मैदान के बीच वह बल्ले बल्ले करवाता होया वह जीपा बड़िया कचहरी खाली वह सजना कैद बोल पई वो यार रेत की बोरी नू हाथ नहीं पै रहा जी शेरा जी कहते चिप कट के यार ने गिल कट के जनाब जानी सुनियारा जनाब आशक सुनियारे का पुत भाजी थोड़े थोड़े मुंडे पिछे करो हाँ जी बंद कर दे बंद भाई साढ़े कड़ा को हाथ खास कहना मेरे जी
चंद काशी वटू बारिश भी कबड्डी हो रही है जी।